ਵਾਲੇਕੁਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਬਿਨਾਂ ਖੈਰ ਖਰੀਆ ਦਾ ਹਾਲ ਹੋ। ਦੋਸਤੋ, ਮੈਂ ਤੁਹਾਡਾ ਆਪਣਾ ਬਿਨਾਂ ਆਮਿਰ ਭੱਟ ਹੈ। ਮੇਰਾ ਯੂਟਿਊਬ ਚੈਨਲ ਮੇਰੇ ਦੋ ਤੁਸੀਂ ਬਾਟਾ ਐਕਸਪ੍ਰੈਸ। ਜਿਵੇਂ ਕਿ ਪਿਛਲੀ ਵੀਡੀਓ ਵਿੱਚ ਤੁਸੀਂ ਵੇਖਿਆ ਕਿ ਇੱਥੇ ਅਸਾਮ ਖਾਲੀ ਕੀਤਾ ਹਜ਼ਾਰ ਗੰਜ ਗੱਡੀ ਖਾਲੀ ਕਰਕੇ ਨਾ ਅਸੀਂ ਪਿੱਛੇ ਆ ਗਏ ਨਾ ਬਾਜਾਲਾ ਬੋਲਦਾ ਗੱਡੀ ਦੇ ਵੀਲ ਦਾ ਥੋੜ੍ਹਾ ਕੰਮ ਆਈ ਉਹ ਕਰਵਾਇਆ। ਹੁਣ ਬੈਠਿਆ ਸੀ ਮੈਂ ਸੈਕਿੰਡ ਟਾਈਮ ਦਾ ਲੱਗ ਗਿਆ ਸੀ, ਹੁਣ ਆਪਣੇ ਵੱਲੋਂ ਨਾਲ ਲਾਏ ਬੈਠਿਆ ਸੀ ਕਿ ਅੱਜ ਉਹਨੂੰ ਕਾਹੀ ਨਹੀਂ ਕਿ ਅੱਜ ਗੱਡੀ ਨਹੀਂ ਲੋੜ ਹੁੰਦੀ ਘਰ ਦੱਸੋ। ਲੇਕਿਨ ਬਾਈ ਵਾਲਾ ਕਿਹਾ ਕਿ ਗੱਡੀ ਨਾ ਮਾਂ ਲਿਆ ਚੱਕਵਾਲ ਦਾ। ਮੈਂ ਕਿ ਅੱਲੋਂ ਕਰ ਲਈਏ ਬਜਾਏ ਕਿ ਜਿਹੜਾ ਅਗਰ ਕੱਲ੍ਹ ਪਿੰਡੀ ਦਾ ਹੀ ਬਣੇ, ਜਿਹੜੇ ਪਿੰਡੀ ਜਾ ਬਣੇ ਉਹ ਲਾ ਲਓ ਚੱਕਵਾਲ ਬਿਹਤਰ ਹੈ। ਮੈਂ ਲਿਆ ਮੰਡੀ 'ਚੋਂ, ਕਿਉਂਕਿ ਬਾਗਰ ਵਿੱਚ ਜਿਹੜਾ ਜਾ ਬਣਾ ਹੁੰਦਾ ਤੁਹਾਨੂੰ ਪਤਾ ਕਿ ਰਾਹ ਕੀ ਹੋ ਜਾਂਦਾ, 2 ਕਿਲੋਮੀਟਰ ਸਫ਼ਰ ਦਾ ਸੈਂਟਰ 10 ਕਿਲੋਮੀਟਰ ਹੁੰਦਾ। ਨਾਲੇ ਜਿਹੜਾ ਆ ਜਾਵੇ ਨਾ ਉਹ ਨਸੀਬ ਹੁੰਦਾ ਆ। ਅਤੇ ਮੇਰੇ ਦਿਨ ਕੰਮ ਕੀਤਾ ਕਿ ਮਾਲ ਲੋਡ ਕਰ ਲੈਣਾ ਚਾਹੀਦਾ। ਉਹ ਮੰਡੀ ਦੇ ਵਿੱਚ ਲੋਡਿੰਗੇ ਫੁੱਲ, ਹਾਂ ਇਹ ਹੈ ਕਿ ਲੋਡਿੰਗ ਫੁੱਲ ਹੋਣੀ ਹੈ ਚਾਹੇ ਜਿੰਨੀਆਂ ਪੇਟੀਆਂ ਆ ਗਈਆਂ, ਆਪਣਾ ਕਿਰਾਇਆ ਇੱਕ ਫੁੱਲ ਲੋਡਿੰਗ ਦਾ ਠੀਕ ਹੈ ਲੋਡਿੰਗ ਕਰ। ਗੱਡੀ ਆਪਣੀ ਨਾ ਕੋਈ ਸ਼ੁਰੂ ਕੀਤੀ ਇਹਨੇ ਮੁੜ ਤੋਂ ਨਮਾਜ਼ ਦਾ ਟਾਈਮ ਹੋ ਗਿਆ ਤਾਂ ਵਾਗੇ ਨਮਾਜ਼ ਪੜ੍ਹਨ। ਇਹ ਮੰਡੀ ਹੈ ਤਾਂ ਹੁਣ ਇੱਥੇ ਕੋਈ ਨਾ ਹੌਲੋਗਾਰੀ ਹੋਈ ਪਈ ਹੈ, ਲੇਕਿਨ ਸੁਬਹ ਤਾਂ ਨਾ ਇੱਥੇ ਲੱਤ ਰੱਖਣ ਦੀ ਜਗ੍ਹਾ ਨਹੀਂ ਲੱਭਦੀ। ਆਪਣੇ ਜ਼ਿਆਦਾਤਰ ਹੁਣ ਕਰਟਨ, ਉਸ ਤੋਂ ਬਾਅਦ ਕੋਈ ਥੋੜ੍ਹੀ ਜਿਹੜੀ ਪੇਟੀ ਹੋਈ ਨਾ ਉਹ ਮੈਂ ਇਹਨਾਂ ਆਖਿਆ ਕਿ ਉੱਤੇ ਲਵਿਆ, ਕਿਉਂਕਿ ਉੱਤੇ ਨੂੰ ਮੁੜ ਪੇਟੀ ਨੂੰ ਰੱਸਾ ਪਟਾ ਜਿਹੜਾ ਨਾ ਉਹ ਠੀਕ ਲੱਗਦਾ ਹੈ ਅਤੇ ਕਰਟਨ ਦੇ ਉੱਤੋਂ ਨਾ ਸਲਿਪ ਹੁੰਦਾ ਰਹਿੰਦਾ, ਨਾਲੇ ਕੋਈ ਬਾਰਿਸ਼ ਦੀ ਜਾਰ ਕਰਨੀ ਜਗ੍ਹਾ ਕੋਈ ਤਾਂ ਢਾਈ ਪਵੇ ਨਾ। ਚਲੋ ਪੇਟੀ ਦੀ ਤਾਂ ਖੈਰ ਹੁੰਦੀ ਅਤੇ ਕਰਟਨ ਦੇਵੇ ਤਾਂ ਉਹ ਬਸ ਕੁਆਲੀ ਹੁਣ ਬਿੱਲ ਚੜੀ ਨਹੀਂ ਤੋਂ ਪਹਿਲੇ ਸਾਰਾ ਖਰਾਬ ਹੋ ਜਾਂਦਾ। ਹੁਣ ਜਨਾਬ ਅਸੀਂ ਗੱਡੀ ਲੋਡ ਕਰਕੇ ਨਾ ਕੁਛ ਲਾਖ ਅੱਗੇ ਨਿਕਲ ਕੇ ਅਤੇ ਹੋਟਲ ਰਾਤ ਦੀ ਰੋਟੀ ਖਾਣੀ ਉੱਥੇ 11 ਵਜੇ ਦੇ ਪੈਣ। ਰੋਟੀ ਇਸ ਤੋਂ ਲੇਟ ਹੋ ਗਈ ਹੈ ਕਿ ਉੱਥੇ ਅੱਗੇ ਗੱਡੀ ਜਿਵੇਂ ਲੋਡ ਕਰਨ ਦੇ ਰਹਿ ਗਏ ਉੱਥੇ ਮੰਡੀ ਦੇ ਵਿੱਚ ਤਾਂ ਬੰਦਾ ਨਾ ਅੱਗੇ ਪਿੱਛੇ ਨਹੀਂ ਨਿਕਲ ਸਕਦਾ। ਬਹਰਹਾਲ ਗੱਡੀ ਆਪਣੀ ਔਰ ਪੱਟੇ ਪੁੱਟੇ ਜਿਹੜੇ ਨੇ ਛਿੱਕ ਲੈਣ ਉੱਤੇ ਤਿਰਪਾਲ ਇੱਕ ਦੇ ਲਈ ਆਏ ਕਿ ਬਾਰਿਸ਼ ਦਾ ਪਤਾ ਕੋਈ ਨਹੀਂ ਹੈ ਨੌਵੇ ਕਿ ਕਿਤੇ ਹੀ ਮੁੜ ਦੇਰ ਕਿਉਂ ਕਿਹਾ ਗੱਤਾ ਕਾਟਾ ਨੇ ਅਤੇ ਪੇਟੀ ਥੋੜ੍ਹੀ ਇਹ ਨੌਵੇ ਕਿ ਕਿਤੇ ਹੀ ਮੁੜ ਸੇ ਕੇ ਨਾ ਮਾਲ ਬੈਠੇ ਹੋਏ ਆ। ਪਰ ਹੁਣ ਇੱਥੋਂ ਖਾਂਦੇ ਹਾਂ ਰੋਟੀ, ਰੋਟੀ ਛੋਟੀ ਖਾ ਕੇ ਮੁੜ ਇੱਥੋਂ ਜਨਾਬ ਨਿਕਲ ਖਾਏਗਾ। ਪ੍ਰੋਗਰਾਮ ਬਣਿਆ ਸਾਡਾ ਨਾ ਅੱਜ ਅਸੀਂ ਨਾ ਭਾਈ ਕੋਈ ਰੋਸਟ ਮੋਸਟ ਖਾਂਦੇ ਆਏ ਹਾਂ। ਅਸਲੀ ਜਿੱਥੋਂ ਦੀ ਰੋਸਟ ਯਾਦ ਹੈ ਨਾ ਉਸ ਤਰ੍ਹਾਂ ਨਾ ਨੇ ਕੋਟਾ ਲਏ ਅਗਲੇ ਦੂਜੇ ਚੱਕਰ ਲੱਗਣ ਮਿਲ ਜਾਂਦੇ ਆ ਤਾਂ ਉਹਦੀ ਵੀਡੀਓ ਦਵਾਉਂਦੇ ਤੁਹਾਡੇ ਨਾਲ ਸ਼ੇਅਰ ਕਰ ਸਕਦਾ। ਇਹ ਪਤਾ ਲੱਗ ਸੀ ਵੀ ਇਹ ਕਿਤਨੇ ਲੈਂਦੇ ਨੇ ਪੈਸੇ ਅਤੇ ਸਾਡੇ ਬਿੱਲ ਜਿਹੜੇ ਪਠਾਣ ਹੈ ਨਾ ਉੱਥੇ ਬੈਠੇ ਨਾ ਉਹ ਹੋਟਲ ਵਾਲੇ ਉਹ ਕਿਤਨੇ ਲੈਂਦੇ ਹਨ। ਹੁਣ ਇਹ ਇੱਥੋਂ ਦਾ ਨਾ ਅਸੀਂ ਅਗਲੇ ਦਿਨ ਰੋਟੀ ਖਾਧੀ ਆਈ ਅਤੇ ਰੋਟੀ ਆਨੰਦ ਨਾਲ ਉਹਨੇ ਇੱਥੇ ਲੈਂਦੀ ਹੈ ਠੀਕ ਹੁੰਦਾ ਰੋਸਟ ਵਗੈਰਾ। ਕੁਛ ਜਿਸ ਹੋਟਲ ਤੋਂ ਅਸੀਂ ਨਾ ਰੋਟੀ ਖਾਊਂ ਹੈ ਨਾ ਅੱਗੇ ਪਿੱਛੇ ਅਸੀਂ ਰੂਟੀਨ ਨਾਲ ਨਹੀਂ ਇਸੇ ਹੋਟਲ 'ਤੇ ਰੁਕਦੇ ਹਾਂ ਅਤੇ ਇੱਥੇ ਜਿਹੜੇ ਪਾਕਿਸਤਾਨ ਦੇ ਯਾਨੀ ਕਿ ਨਾਮਵਾਰ ਸ਼ਖਸੀਅਤ ਅੱਗੇ ਗੁਜ਼ਰ ਚੁੱਕੇ ਹਨ ਨਾ, ਜਿਵੇਂ ਯਾਨੀ ਕਿ ਹੁਣ ਅਬਦੁਲ ਸਤਾਰਿਦੀ ਹੋ ਗਿਆ, ਮੀਰ ਜ਼ਫਰੁੱਲਾ ਜਮਾਲੀ ਵਜ਼ੀਰ ਆਜ਼ਮ ਹੋ ਗਿਆ ਅਤੇ ਇਸ ਯਾਨੀ ਕਿ ਜਿਹੜੇ ਜਿਹੜੇ ਥੋੜ੍ਹੇ ਕੁ ਮਸ਼ਹੂਰ ਸ਼ਖਸੀਅਤ ਹਨ ਨਾ ਸਾਰਿਆਂ ਦੇ ਨਾ ਇੱਥੇ ਫੋਟੋ ਲੱਗੀ ਹੋਣ। ਸਹੀ ਅਤੇ ਇੱਥੇ ਇਹਨਾਂ ਨਾਲ ਸਾਰੇ ਜਿਵੇਂ ਹੁਣ ਤੁਹਾਡੇ ਸਾਹਮਣੇ ਜਿਹੜਾ ਮੁੱਲਾ ਉਮਰ ਜੀ ਨਾਲ ਜਨਰਲ ਮੁਹੰਮਦ ਮੂਸਾ
ਬਾਬੇ ਵਾਲਾ ਫਾਤਮਾ ਦੇ ਨਾਲ ਗੁਲਾਮ ਇਸਾਹ ਖਾਨ ਮੁੱਲਾ ਦਾਜੁੱਲਾ ਮੁਕਤੀ ਹਾਂ ਅਕਬਰ ਖਾਨ ਨਵਾਬ ਖਾਨ ਅਕਬਰ ਮੁਕਤੀ ਮੁੱਲਾ ਮੁਹੰਮਦ ਉਮਰ ਮੌਲਾਨਾ ਫਜ਼ਲੁਰ ਰਹਿਮਾਨ ਅੱਗੇ ਜਨਾਬ ਹੈ ਸਾਡੇ ਜਿਹੜੇ ਫੌਜੀ ਹਨ ਜਿਹਨਾਂ ਦੀ ਯਾਨੀ ਕਿ ਨਿਸ਼ਾਨੇ ਅਦਰ ਮਿਲਿਆ ਉਹਨਾਂ ਦੇ ਅੱਗੇ ਜਨਾਬ ਬੇਨਜ਼ੀਰ ਸ਼ੇਖ ਯੂਸਫ ਰਜ਼ਾ ਗਿਲਾਨੀ ਸਰਾਜ ਅਸਲਮ ਰਿਸਾਨੀ ਜਨਾਬ ਇਹ ਪਤਾ ਨਹੀਂ ਇਸ ਬੰਦੇ ਦੇ ਨਾ ਹੁਣ ਉਹ ਹੋਟਲ ਇਹ ਕਿਉਂ ਬਣਿਆ ਪਾਕਿਸਤਾਨ ਹੋਟਲ ਨਹੀਂ ਉਹ ਤਾਂ ਹੋਟਲ ਦਾ ਮੈਨੂੰ ਪਤਾ ਇਹ ਕੀ ਸ਼ੌਕ ਇਸੇ ਕਿਉਂ ਲਾਏ ਹੋਣ ਫੋਟੋ ਇਹ ਤਾਂ ਪੁਰਾਣੇ ਲੋਕ ਤਾਂ ਰੱਖਦੇ ਐਸੇ ਨਾ ਲਓ ਬਾਈ ਸ਼ਾਹਿਦ ਅਫਰੀਦੀ ਦਾ ਫੋਟੋ ਹੀ ਆਇਆ ਪਿਆ ਜਨਾਬ ਅੱਗੇ ਸਾਡਾ ਸ਼ਹਿਜ਼ਾਦਾ ਇਮਰਾਨ ਖਾਨ ਕੀ ਬਾਤ ਹੈ ਜਨਾਬ ਹੈ ਇਹ ਤਾਂ ਫੋਟੋ ਯਾਰ ਵੱਡਾ ਕਰਕੇ ਲਾਉਣਾ ਜੀ ਇਮਰਾਨ ਖਾਨ ਦੇ ਯਾਰ ਬੜਾ ਤਸਵੀਰ ਇਸ ਕੱਲ ਲੱਗਣਾ ਸੀ ਯਾਰ ਜਿਹੜੇ ਉਹਦੇ ਬਹਿਰ ਲੱਗੇ ਹੋਣ ਨਾ ਉਹ ਹਲੇ ਦਾ ਲਓ ਜਨਾਬ ਨੈਲਸਨ ਮੰਡੇਲੇ ਦਾ ਫੋਟੋ ਲੱਗਾ ਸ਼ੇਖ ਰਸ਼ੀਦ ਦਾ ਇਵਾਜ ਵਾਲ ਸਰਦਾਰ ਅਤਾਉਲਾ ਖਾਨ ਮਹਿੰਗਲ ਡਾਕਟਰ ਮਾਲਿਕ ਬਲੋਚ ਤੈਰਨ ਕਦਰੀ ਇਹਨਾਂ ਕਿ ਜਿਹੜੇ ਜਿਹੜੇ ਮਸ਼ਹੂਰ ਸ਼ਖਸੀਅਤ ਹਨ ਸਾਰਿਆਂ ਦੇ ਇਹਨਾਂ ਫੋਟੋ ਲਾਇਆ ਰੋਟੀ ਛੱਡੀ ਆ ਗਈ ਹੈ ਇਹ ਨਾ ਨਾ ਜਿਹੜਾ ਸ਼ਾਹਪੁਰ ਦੇ ਦਿੱਤੇ ਮਿਹਨਤ ਵੱਲੋਂ ਹੁੰਦਾ ਇਹਦੇ ਛੱਡੇ ਫੁੱਲਿਆਂ ਨੂੰ ਨਿਕਲਣਾ ਤੇ ਮੋਬਾਈਲ ਦਾ ਰਿਜ਼ਲਟ ਵੇਖ ਬਾਕੀ ਗੱਲਾਂ ਛੋੜ ਲਓ ਤੇ ਤੂੰ ਖਾਧੀ ਰੋਟੀ ਦੇ ਨੱਪੇ ਸੀ ਕਿਤਨਾ ਲੈਣ ਜਨਾਬ 1240 ਰੁਪਈਆ ਐਗ ਰੋਸਟ ਨਾਲ ਜਨਾਬ ਦੋ ਸ਼ਾਮਾਂ ਪੀਜ਼ੇ ਇਤਨਾ ਇੱਕ ਤਾਂ ਆਪਣੇ ਇਲਾਕੇ 'ਚ ਲੈ ਲੈਂਦੇ ਨਾ ਪੈਸੇ ਠੀਕ ਲੈਂਦੇ ਨੇ ਬਾਕੀ ਇਹ ਕੀ ਹੁੰਦਾ ਕਿ ਸ਼ੱਕ ਸ਼ੁਬਕ ਹੋਣ ਪਿਛਲੇ ਦਿਨਾਂ ਵਿੱਚ ਖਬਰ ਆਈ ਪਈ ਆਈ ਕਿ ਟੈਕਸ ਲੈ ਜਨਾਬ ਉਹ ਕਿੱਦਾਂ ਹੈ ਉਹ ਕਸਾਈ ਆਈ ਉਸ ਕਿੱਦਾਂ ਖੋਤੇ ਜੋ ਜਾਣ ਉਹ ਆਵਾਮ ਨੂੰ ਖਵਾ ਛੋੜੇ ਇੱਥੇ ਜਿਹੜੀ ਇਹਨਾਂ ਪਠਾਣਾ ਕੋਲ ਨਾ ਉਹ ਗੱਲਬਾਤ ਕੋਈ ਨਹੀਂ ਹੁੰਦੀ ਕਿ ਉਹ ਬਿਲਕੁਲ ਨਾ ਟੈਨਸ਼ਨ ਫਰੀ ਹੁੰਦਾ ਮਾਹੌਲ ਇੱਥੇ ਰੁਕਿਆ ਯੋਬ ਤੋਂ ਪਿੱਛੇ ਨਾ ਨਾਲ ਐਨ ਛੋਟੇ ਛੋਟੇ ਬਾਗ ਐਨ ਤੇ ਉਹ ਮੋੜਨਾ ਰੋਡਾਂ ਤੇ ਲੈ ਕੇ ਬੈਠੇ ਹੁੰਦੇ ਅੰਗੂਰ ਇਹਨਾਂ ਦਾ ਹੀ ਤੂੰ ਦਿਲ ਵੇਖੋ ਜੀ ਅਸੀਂ ਮੈਂ ਪੁੱਛਿਆ ਕਿਤਨੇ ਦਾ ਕਿਲੋ ਹੈ ਉਸ ਆਖਿਆ ਜੀ 120 ਰੁਪਈਆਂ ਦਾ ਮੈਂ ਕਿਹਾ ਦੇ ਕਿਲੋ ਮੈਂ ਉਹਨੂੰ ਦਿੱਤਾ 150 ਰੁਪਈਆ 30 ਰੁਪਏ ਬਕਾਇਆ ਦੇ ਆਪਣੇ ਆਣ ਉਸ ਆਖਿਆ ਜੀ ਚੱਲ ਤੂੰ ਨਾ 100 ਦਾ ਲੈ ਜਾ ਸਾਡੇ ਕੋਲ ਕੋਈ ਬਿਰਾ ਹੁੰਦੇ ਆ ਉਹਨਾਂ ਤੂੰ ਕਹਿ ਜੇ ਸਾਡੇ ਕੋਲ ਬਾਅਦ ਲੈਣ ਆ ਅਲੱਗ ਵੇਖਣਾ ਇੱਕ ਉਹਨਾਂ ਦੇ ਭਾਈ ਛੋਟੇ ਸਾਰੀਆਂ ਕਈ ਨਿੱਕੀਆਂ ਸਾਰੀਆਂ ਡੱਬਰੀਆਂ ਜਿਹੀਆਂ ਨਾ ਉਹ ਰੋਡ ਤੇ ਲਾ ਕੇ ਬੈਠੇ ਹੈ ਇਹ ਜਿਵੇਂ ਤੁਸੀਂ ਵੇਖੀਏ ਨਾ ਇੰਨੇ ਤਰ੍ਹਾਂ ਕਰਕੇ ਉਹ ਜੌਂਪੜੀਆਂ ਜਿਹੀਆਂ ਲਾ ਕੇ ਬੈਠੇ ਨੇ ਕਿਸੇ ਨੇ ਕੋਈ ਧਾਪ ਉੱਠੀ ਹੋਈ ਚਾਰ ਫੱਲੀ ਹੋਈ ਹੈ ਜਿਵੇਂ ਹੋਈਆਂ ਉਹ ਅੰਗੂਰ ਖੋ ਕੇ ਦਿੱਤਾ ਬਹਿ ਜਾਂਦਾ
ਬੁਲੰਦੀ ਵਾਸਤੇ ਜਿਵੇਂ ਤਰ੍ਹਾਂ ਦਾ ਇਲਾਕਾ 20 ਰੁਪਈਏ 2000 ਦੇ ਬਰਾਬਰ ਹੈ। ਲੇਕਿਨ ਉਹ ਬਾਬਾ ਜੀ ਬੈਠਾ ਥੋੜਾ ਬੰਦਾ ਸਕੇ ਚੱਲਿਆ, ਇਹ ਸਾਡਾ ਨਾਸ਼ਤਾ ਸੁਬਹ ਦਾ, ਜੈ ਮੇਰਾ ਕਰਨਾ ਆ ਜਾ। ਅਗਲੇ ਟਰੱਕ ਤੇ ਮਗਰ ਲਿਖੇ ਹੋਇਆ ਹੈ, ਮੈਂ ਥੋੜੀ ਕੋਸ਼ਿਸ਼ ਕਰਾਂ ਨਾ ਤੂੰ ਆਉਂ। ਦੇਖੋ ਚਲਾਕੀ 4 ਦਿਨ ਚਮਕਤੀ ਹੈ ਮੇਰੀ ਜਾਨ, ਔਰ ਇਮਾਨਦਾਰੀ ਉਮਰ ਭਰ। ਵਾਹ, ਚੰਗਾ ਫਿਕਰ ਲਿਖਿਆ ਪਠਾਣ ਹੈ। ਜੋ ਬਾਈਪਾਸ ਤੇ ਆਏ ਤੇ ਇੱਥੇ ਆਈ ਨਾ ਸਮੇਂ ਨਾ ਆਪਣਾ ਅੱਜ ਮੁਕੰਮਲ ਭਾਰਤ ਦਿੱਤਾ ਗੱਡੀ ਤੇ ਬਾਲ ਬਛੰਗੜੇ ਨੇ ਪਿੱਛੇ ਅੱਗੇ ਚੰਬੜੇ ਐਂਡ ਸਹੀ। ਲੇਕਿਨ ਅਸੀਂ ਆਖਿਆ ਕਰਮਾ ਲਓ ਜਾ ਜੀ ਠੇਨੇ, ਅਗਲੇ ਦਿਨ ਤੁਸੀਂ ਬੱਤੀਆਂ ਪੱਟ ਲਈਆਂ, ਅੱਜ ਨਾ ਜਾਵਣਾ ਉਸੇ। ਲੇਕਿਨ ਅੱਜ ਨਾ ਥੋੜ੍ਹੇ ਗੱਡੀਆਂ ਦਾ ਰਸ਼ ਵੀ ਹੈ, ਇਹਦੀ ਵਜ੍ਹਾ ਨਾਲ ਉਹਨੂੰ ਸਾਡੇ ਨਾਲ ਪਿੱਛੇ ਇਹਨਾਂ 2-3 ਗੱਡੀਆਂ ਨਾਲ ਰਲੀਆਂ ਹੋਈਆਂ, ਅੱਗੇ ਜਾਂਦੀਆਂ ਪਈਆਂ। ਬੰਦ ਪਹਾੜ ਜੁਣ ਅਸੀਂ ਵੜਨ ਵਾਲੇ ਹਾਂ ਅਤੇ ਇੱਥੇ ਸੁਬਹ ਦਾ ਨਾਸ਼ਤੇ ਦਾ ਨਾ ਬੇਲੀ ਮੇਰੇ ਤਾਂ ਮੁੜ ਕੇ ਚਾਹ ਦਾ ਕੱਪ ਲਿਆ ਸੀ, ਅਤੇ ਮੈਂ ਸਿਰਫ ਉਹ ਜਿਹੜੇ ਤੁਹਾਨੂੰ ਪਿੱਛੇ ਅੰਗੂਰ ਵੀ ਖਾਇਆ ਨਾ, ਉਹ ਕੋਈ ਦਾਣਾ ਚੱਖਿਆ ਸੀ। ਭੁੱਖ ਹੁਣ ਬੜੀ ਲੱਗੀ ਆਪਣੇ ਨਾਲੇ, ਹੁਣ ਨਾ ਰੋਟੀ ਦਾ ਹੀ ਟਾਈਮ ਹੈ, ਖੈਰ 2:15 ਹੋ ਗਏ ਹੁਣੇ ਤੋਂ। ਕੋਈ ਰੋਟੀ ਪਾਣੀ ਕਰਨੇ ਆ, ਰੋਟੀ ਪਾਣੀ ਕਰ ਕੇ ਤਾਂ ਨਾਲੇ ਕੋਈ ਟਾਇਰ ਸਾਹ ਲੈ ਲਏ ਸਨ, ਕਿਉਂਕਿ ਪਿੱਛੇ ਸਾਰੀ ਉਤਰਾਈ ਹੈ ਅਤੇ ਵੀਲ ਨਾਲ ਬੜੇ ਗਰਮ ਹੋਏ ਹੁੰਦੇ, ਥੋੜ੍ਹੀ ਰੈਸਟ ਮਰਨੇ ਆ, ਮੁੜ ਲਿਖਿਆ ਰੱਖਿਆਗਾ। ਇਹ ਤਰ੍ਹਾਂ ਦਾ ਤਾਂ ਮਾਹੌਲ ਕਦੀ ਸਾਡੇ ਪੰਜਾਬ ਵਿੱਚ ਹੋਵੇ ਨਾ, ਕਿਆ ਮਾਹੌਲ। ਇਹਨੂੰ ਹੋਟਲ ਇਹਨਾਂ ਕਿੱਥੇ ਆ ਬਣਿਆ, ਇੱਥੇ ਤਾਂ ਨਾ ਜਿਵੇਂ ਤਰ੍ਹਾਂ ਦਾ ਸਕੂਨ ਮਾਹੌਲ ਹੈ ਨਾ, ਬੰਦੇ ਦਾ ਦਿਲ ਹੀ ਨਹੀਂ ਕਰਦਾ ਕਿ ਬੰਦਾ ਇੱਥੋਂ ਨਾ ਜਾਵੇ। ਲੇਕਿਨ ਇੱਥੇ ਰਹਿ ਹੀ ਨਹੀਂ ਸਕਦੇ, ਇਹ ਮਜਬੂਰੀ ਹੈ। ਬਿਲਕੁਲ ਨਾ ਪਹਾੜਾਂ ਦੇ ਦਰਮਿਆਨ ਹੀ ਨਾ ਹੋਟਲ ਬਣਾ ਦਿੱਤਾ ਇਹਨੇ। ਚੌਦਾਂ ਅਗਸਤ ਦੀ ਵਜ੍ਹਾ ਤੋਂ ਨਾ ਜਿਵੇਂ ਸਾਡੇ ਕੋਲ ਆਵਾਮ ਜਾਂਦੀ ਹੈ ਕੋਈ ਫਿਰਨ ਤੁਰਨ ਵਾਸਤੇ, ਇੱਥੇ ਨਾ ਬੜੀ ਆਵਾਮ ਆਈ ਵਧੀਆ ਜੀ, ਇੱਥੇ ਅੱਗੇ ਨਾਲ ਨਦੀ ਹੈ ਜਨਾਬ ਕੋ ਸੈਰ ਸਪਾਟੇ ਵਾਸਤੇ, ਉਸ ਕਰਕੇ ਹੋਟਲ ਦੇ ਨਾ ਰਸ਼ ਬਹੁ ਆਈ। ਐਗ ਰੋਟੀ ਵਾਸਤੇ ਬਹਾਣਾ ਪਾਉਂਦਾ 15-15-20 ਮਿੰਟ, ਮੇਰੀ ਤਾਂ ਭੁੱਖ ਮਾਰ ਗਈ ਅਤੇ ਮੈਂ ਤਾਂ ਨਾਲ ਮੁੜੇ ਕਿ ਇੱਕ ਪੈਂਟ ਬਿਸਕਟ ਲੈ ਲਿਆ, ਮੈਂ ਚਲੋ ਯਾਰ ਖਾਂਦਾ ਜਾ ਸਕਦਾ, ਭੁੱਖ ਜਿਹੜੀ ਉਹਨੂੰ ਚੰਗੀ ਤੌਰ 'ਤੇ। ਰਕਤਾਂ ਗੱਡੀਆਂ ਖਲੋਤੀ ਨੇ, ਮੇਰੇ ਖਿਆਲ ਇਹਨਾਂ ਦੇ ਇਹਨੇ ਬਹੁ ਲੈ ਜਾਂਦੇ ਜਿਵੇਂ ਤਰ੍ਹਾਂ ਦੀ ਆਬਾਦੀ ਬਣੀ ਹੋਈ ਹੈ ਨਾ, ਇਸ ਦੇ ਵਿੱਚ ਇਹ ਬਹੁ ਵਾਸਤੇ ਇਹਨਾਂ ਸਪੈਸ਼ਲ ਬਣਵਾਈ ਹੋਈ ਆ। ਅੱਛਾ ਹੁਣ ਇਹ ਖਾਲੀ ਗੱਡੀ ਆਈ ਜਾਣ ਦਾ ਦਿੱਤਾ ਵੀ ਮੂੰਹ ਜਨਾਬ ਅੱਗੇ ਇੰਨਾ ਗੁਬਾਉਣਾ ਲਾਜ਼ਮੀ ਪਾਟ ਕੇ ਖਿਲਾਰਨਾ ਹੁੰਦਾ। ਇਹ
ਸਾਡੀ ਅੱਜ ਦੀ ਵੀਡੀਓ ਵੀਰਾ, ਅਗਰ ਵੀਡੀਓ ਚੰਗੀ ਲੱਗੇ ਤਾਂ ਸਾਡਾ ਚੈਨਲ ਹੀ ਸਬਸਕ੍ਰਾਈਬ ਕਰਨਾ ਤੇ ਨਾਲ ਲੱਗੇ ਹੋਏ ਘੰਟੇ ਦਾ ਬਟਨ ਨਹੀਂ ਦਬਾਉਣਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਜਿੱਦਣ ਤੱਕ ਆਪਣੇ ਵੀਰਾਂ ਦੀ ਇਜਾਜ਼ਤ ਦਿਓ। ਪਾਕਿਸਤਾਨ ਜ਼ਿੰਦਾਬਾਦ।